बगल च किताब ते हाथ च मोबाइल। देखा केड़ी गेम खेड रहे हैं? वो गेम नहीं, यूट्यूब चैनल द मास्टर आर्ट ते अज सराबी दी फिल्म पाई जानी है, ओदी उड़ी के। गदरी जरनैल करतार सिंह सराबा, ਉਹ ਪੜਦਾ ਪੁੜਦਾ ਵੀ ਹੁੰਨਾ ਕਿ ਐਵੇਂ ਚੱਕੀ ਫਿਰੀ ਆ ਨਾ? ਪੜੀ ਦੀਆਂ ਨੇ ਜਦੋਂ ਟਾਈਮ ਹੁੰਦਾ। ਉਹ ਪਾਤੀ ਫਿਲਮ ਜੀ ਉਹਨਾਂ ਨੇ? ਉਹ ਨਹੀਂ, ਉਸ ਜੁੜੀ ਕਰ ਰਹੇ ਹਾਂ। ਅੱਛਾ, ਉਹ ਪਹਿਲਾਂ ਭਗਤ ਸਿੰਘ ਦੀ ਫਿਲਮ ਵੀ ਪਾਈ ਸੀ ਮਾਸਟਰ ਆਰਟ ਵਾਲਿਆਂ ਨੇ, ਦੇਖੀ ਉਹ? ਹਾਂ ਹਾਂ ਦੇਖੀ ਆ। ਉਹਨਾਂ ਨੇ ਤਾਂ ਪਾਈ ਹੋਣੀ ਫਿਲਮ ਕਿਉਂਕਿ ਭਗਤ ਸਿੰਘ ਦੀ ਮਸ਼ਹੂਰੀ ਆਪਣੇ ਲੋਕਾਂ 'ਚ ਜ਼ਿਆਦਾ ਹੈ। ਉਹ ਕਿਉਂਕਿ ਉਹ ਆ ਰਿਹਾ ਸਮਾਜੀ ਸੀ, ਕੱਲ੍ਹ ਬਿੱਟੂ ਦਾ ਚਾਚਾ ਦੱਸਦਾ ਸੀ। ਓਏ ਨਾ ਨਾ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਕਿਵੇਂ? ਕਦੇ ਕੋਈ ਇਨਸਾਨ ਆਪਣੇ ਧਰਮ ਜਾਤ ਕਰਕੇ ਲੋਕਾਂ 'ਚ ਮਸ਼ਹੂਰ ਨਹੀਂ ਹੁੰਦਾ, ਸਗੋਂ ਲੋਕਾਂ ਨਾਲ ਤਦ ਹੀ ਬਣਦਾ ਹੈ ਜੇ ਉਸਨੇ ਕੋਈ ਲੋਕਾਂ ਦੇ ਹਿੱਤ ਵਿੱਚ ਕੋਈ ਮਹਾਨ ਕੰਮ ਕੀਤਾ ਹੋਵੇ। ਅਰਜਨ ਸਿੰਘ ਵੀ ਵਧੀਆ ਬੰਦਾ ਸੀ, ਪਰ ਅਸੀਂ ਉਸਨੂੰ ਇਸ ਕਰਕੇ ਜਾਣਦੇ ਹਾਂ ਕਿ ਉਹ ਆਰੀਆ ਸਮਾਜੀ ਸੀ, ਸਗੋਂ ਇਸ ਕਰਕੇ ਜਾਣਦੇ ਹਾਂ ਕਿਉਂਕਿ ਉਹ ਭਗਤ ਸਿੰਘ ਦੇ ਦਾਦਾ ਜੀ ਸੀ। ਹਾਂ, ਗੱਲ ਤਾਂ ਸਹੀ ਹੈ ਤੇਰੀ। Thank you.
Thank you.
तेरा नाम की है? मेरा नाम करतार सिंह। हिंदुस्तान विचों किड़ी थां तों आया? मैं पंजाब दे लुधियाना जिले दे पिंड सराबे तों आया। तेरा रास्ते दा खर्चा किसने दिता? मेरे दादे बदन सिंह ने। तेरे कोल पैसा किन्ना है? लगभग $100। की तू पहला भी कदे यूएस विच रहा सी? नहीं। की तेरा कोई रिश्तेदार या दोस्त इत्थे हैगा? नहीं। तू इत्थे की करन दी आस करदा? मैं इत्थे पढ़ूंगा। इत्थे तू पढ़ेगा किथे? बर्कले दी यूनिवर्सिटी विच। यूएस विच रहंदे हां, तेरी मदद कौन करूगा? मेरा दादा, वह मैनू पैसे भेजेगा। ओदा कम कर की है? वो किसान है, ओदी 300 एकड़ जमीन है। तेरा कोई भरा भी है? नहीं, मैं मापिया का इकलौता पुत्र हाँ। तू अपने दादे नाल किन्ना समा रहा? मेरे पिता नू मरिया 11 साल हो गए। मेरी माता तकरीबन 4 साल पहला गुजरी। तू अंग्रेजी बोलनी कितों सीखी? लुधियाने जिले के मिशन हाई स्कूल विच। उत्थे तू किन्ना चिर स्कूल जांदा रहा? लगभग 4 साल अते 5 साल मैं अपने पिंड वाले स्कूल विच सी। की पढ़ाई वास्ते इत्थे तू होर कुछ करन दा इरादा रखदा? नहीं, मेरा दादा मैनू हर महीने पैसे भेजेगा। किन्नी राशि? लगभग $40 एक महीने दे। बर्कले च तेरा पता की हू? अजे मैं कुछ दस नहीं सकता। की तू इस देश विच कम करेगा? नहीं। तू यूएसए विच किन्ना समा रुकेगा? तकरीबन 5 साल। यूनिवर्सिटी विच केड़ा विषय लेगा? इलेक्ट्रिकल इंजीनियरिंग। यार, एक महीना रहने लई $40 बहुत थोड़ी रकम है, तेरा किवें गुजारा हो? मैं $40 तो ज्यादा ले सकता हाँ। लोड़ पैण ते तेरा दादा तेनू ज्यादा पैसा भेज सकदा है? हाँ। हाँ भी जवान, किवें दाज जा बैठा? मैं इंडिया तो अज ही इत्थे आया ते आउंदे सार मैथों बहुत पुछ पड़ताल कीती। अच्छा, की पुछेगा तुहाडे तों? ਇੰਨੀ ਸਿਰਫ ਮੇਰੇ ਤੋਂ ਹੀ ਕਿਉਂ ਪੁੱਛਿਆ ਗਿਆ? ਸ਼ੁਕਰ ਮਨਾਓ, ਸੋ ਤੋਂ ਇਕੱਲਾ ਪੁੱਛ ਪੜਤਾਲ ਹੀ ਕੀਤੀ ਗਈ ਹੈ। ਤੁਹਾਡੇ ਵਾਸਤੇ ਇਹੀ ਬਹੁਤ ਵੱਡੀ ਗੱਲ ਹੈ ਕਿ ਤੁਹਾਨੂੰ ਇੱਥੋਂ ਵਾਪਸ ਨਹੀਂ ਭੇਜਿਆ ਗਿਆ। ਤੁਹਾਡਾ ਇੱਥੇ ਅਮਰੀਕਾ ਦੀ ਧਰਤੀ 'ਤੇ ਪੈਰ ਪਾਉਣੇ ਬਹੁਤ ਵੱਡੀ ਪ੍ਰਾਪਤੀ ਹੈ।
ਐਵੇਂ ਕਿਉਂ? ਜ਼ਰਾ ਮੈਨੂੰ ਖੁੱਲ੍ਹ ਕੇ ਦੱਸੋ। ਕਿਉਂਕਿ ਤੂੰ ਇੱਕ ਗੁਲਾਮ ਦੇਸ਼ ਦਾ ਵਾਸੀ ਹੈ ਅਤੇ ਤੂੰ ਗੋਰਿਆਂ ਤੋਂ ਆਪਦੀ ਇੱਜ਼ਤ ਦੀ ਉਮੀਦ ਕਿਵੇਂ ਕਰ ਸਕਦਾ? ਅਮਰੀਕਾ ਵਿੱਚ ਆਪਣੀ ਇੱਜ਼ਤ ਦੀ ਉਮੀਦ ਨਾ ਹੀ ਕਰੋ ਤਾਂ ਚੰਗਾ ਹੈ। ਅੱਛਾ, ਹੁਣ ਮੈਨੂੰ ਸਮਝ ਆਈ ਵੀ ਬਾਕੀ ਸਾਰਿਆਂ ਨੂੰ ਛੱਡ ਕੇ ਇਕੱਲਾ ਹਿੰਦੁਸਤਾਨੀਆਂ ਨਾਲ ਹੀ ਕਿਉਂ ਦੁਰਵਿਵਹਾਰ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਅਸੀਂ ਹਿੰਦੁਸਤਾਨ ਤੋਂ ਨੌਜਵਾਨਾਂ ਨੂੰ ਵਜ਼ੀਫੇ ਦੇ ਕੇ ਇੱਥੇ ਅਮਰੀਕਾ ਦੇ ਵਿੱਚ ਪੜ੍ਹਨ ਵਾਸਤੇ ਬੁਲਾ ਰਹੇ ਬਿਨਾਂ ਕਿਸੇ ਧਰਮ ਜਾਤ ਦੇ ਵਿਤਕਰੇ ਤੋਂ, ਕਿਉਂਕਿ ਸਾਡਾ ਮੰਨਣਾ ਹੈ ਕਿ ਜੇ ਉੱਥੋਂ ਦੇ ਨੌਜਵਾਨ ਪੜ੍ਹੇ ਲਿਖੇ ਹੋਣਗੇ ਤਾਂ ਹੀ ਉਹ ਆਪਣੇ ਦੇਸ਼ ਦਾ ਭਲਾ ਕਰ ਸਕਣਗੇ। ਮੇਰੀ ਇੱਕ ਸਲਾਹ ਹੈ ਜਵਾਲਾ ਸਿੰਘ ਜੀ। ਹਾਂਜੀ ਹਾਂ ਬੋਲੋ। ਵਿਦਿਆਰਥੀਆਂ ਨੂੰ ਬਰਕਲੇ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਚਾਹੀਦਾ। ਸਹੀ ਗੱਲ ਹੈ ਜੀ, ਸਵੇਰੇ ਸ਼ਾਮ ਵਿਦਿਆਰਥੀਆਂ ਨੂੰ ਭਜਨ ਕੀਰਤਨ ਵੀ ਕਰਨਾ ਚਾਹੀਦਾ। ਨਹੀਂ ਨਹੀਂ, ਮੈਂ ਕਦੇ ਨਹੀਂ ਚਾਹੂੰਗਾ ਕਿ ਵਿਦਿਆਰਥੀ ਆਪਣਾ ਕੀਮਤੀ ਸਮਾਂ ਅਜਿਹੇ ਕੰਮਾਂ ਵਿੱਚ ਬਰਬਾਦ ਕਰਨ, ਸਗੋਂ ਆਪਣੇ ਅਤੇ ਆਪਣੇ ਦੇਸ਼ ਦੇ ਭਲੇ ਲਈ ਉਹਨਾਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣਾ ਸਮਾਂ ਵਿੱਦਿਆ ਅਤੇ ਅਭਿਆਸ ਵਿੱਚ ਹੀ ਬਿਤਾਉਣ। ਮਤਲਬ ਤੁਸੀਂ ਤਾਂ ਮੁੰਡਿਆਂ ਨੂੰ ਧਰਮ ਕਰਮ ਤੋਂ ਦੂਰ ਕਰਕੇ ਰਾਜ਼ੀ ਹੋ? ਮੈਂ ਰੋਟੀ ਦਾ ਟੁਕੜਾ ਦੇ ਕੇ ਮੁੰਡਿਆਂ ਨੂੰ ਧਰਮ ਸਿਖਾਉਣ ਨਹੀਂ ਬੈਠਾ। ਧਰਮ ਕਰਮ ਕਰਨਾ ਜਾਂ ਨਾ ਕਰਨਾ ਮੁੰਡਿਆਂ ਦੀ ਆਪਦੀ ਮਰਜ਼ੀ ਹੈ। ਤਾਂਹੀਓ ਤਾਂ ਤੁਹਾਨੂੰ ਲੋਕਾਂ ਧਰਮੀ ਆਖਦੇ ਨੇ। ਤੁਹਾਡੀਆਂ ਇਹਨਾਂ ਗੱਲਾਂ ਕਰਕੇ ਤੁਹਾਨੂੰ ਪੰਥ ਚੋਂ ਸੇਕਿਆ ਗਿਆ। ਤੁਹਾਡੇ ਦੋ ਚਾਰ ਬੰਦਿਆਂ ਦੇ ਪੰਥ ਨੂੰ ਮੈਂ ਪਹਿਲਾਂ ਹੀ ਸੇਕਿਆ ਹੋਇਆ। ਆਪਣਾ ਸਭ ਤੋਂ ਵੱਡਾ ਦੁਸ਼ਮਣ ਅੰਗਰੇਜ਼ੀ ਸਾਮਰਾਜ ਹੈ। ਸਾਨੂੰ ਆਪਣੇ ਫਰਜ਼ ਨੂੰ ਸਮਝਦਿਆਂ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਨੂੰ ਭਾਰਤ ਵਿੱਚੋਂ ਉਖਾੜ ਦੇਣਾ ਚਾਹੀਦਾ ਹੈ। ਇਸ ਤੋਂ ਵੱਧ ਕੇ ਨਾ ਤਾਂ ਕੋਈ ਹੋਰ ਪੜ੍ਹਾਈ ਹੋ ਸਕਦੀ ਹੈ ਅਤੇ ਨਾ ਹੀ ਜ਼ਿੰਦਗੀ ਦੀ ਕੋਈ ਹੋਰ ਪ੍ਰਾਪਤੀ। ਆਪਣੇ ਆਪ ਨੂੰ ਮਹਾਨ ਦੇਸ਼ ਭਗਤ ਅਤੇ ਨਿਧੜਕ ਲੜਾਕੂ ਵਾਂਗ ਤਿਆਰ ਕਰੋ। ਤੁਹਾਡੇ ਰਸਤੇ ਵਿੱਚ ਮੁਸ਼ਕਲਾਂ ਵੀ ਆਉਣਗੀਆਂ, ਤੁਸੀਂ ਆਪਣੇ ਇਸ ਕ੍ਰਾਂਤੀਕਾਰੀ ਕਾਰਜ ਲਈ ਮਰ ਵੀ ਸਕਦੇ ਹੋ। ਐਕਸਕਿਊਜ਼ ਮੀ ਸਰ, ਸਰ ਮਾਪੇ ਮੈਨੂੰ ਇੰਜੀਨੀਅਰ ਬਣਾਉਣ ਦਾ ਸੁਪਨਾ ਦੇਖਦੇ ਨੇ ਅਤੇ ਸਰ ਤੁਸੀਂ
ਡਾਕਟਰ, ਇੰਜੀਨੀਅਰ ਜਾਂ ਕਲੈਕਟਰ ਤਾਂ ਕੋਈ ਵੀ ਬਣ ਸਕਦਾ, ਪਰ ਅੱਜ ਭਾਰਤ ਨੂੰ ਆਜ਼ਾਦੀ ਲਈ ਬਹਾਦਰ ਯੋਧਿਆਂ ਦੀ ਲੋੜ ਹੈ। ਬਰਤਾਨਵੀ ਹਕੂਮਤ ਦੇ ਗੁਲਾਮ ਬਣੇ ਰਹਿਣ ਨਾਲੋਂ ਆਜ਼ਾਦੀ ਖਾਤਰ ਆਈ ਮੌਤ 100 ਗੁਣਾ ਚੰਗੀ ਹੈ। ਤੁਸੀਂ ਦੋਨੇ ਅੰਦਰ ਜਾਓ, ਮੈਂ ਇੱਥੇ ਖੜਦਾ। ਚਲੋ ਚਲਾ ਜਾਓ। ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਬੋਲ ਮਾਰ ਦਿਓ। ਠੀਕ ਆ ਠੀਕ ਆ।
ਕੌਣ ਕੌਣ ਆ ਵੀ ਤੂੰ ਕੌਣ ਹੈ ਸਾਡੇ ਘਰੇ ਆ ਉਹ ਮਾਤਾ ਸਾਨੂੰ ਆਪਦਾ ਕੰਮ ਕਰਦਾ ਲੈ ਨਹੀਂ ਬੁਲਾ ਕੇ ਕਿਸੇ ਨੂੰ तेरा दिमाग खराब होया ए की कर रहे तू और कुछ नहीं ओ तू बंदा बन के हाथ छड़ दे कुड़ी दा ओ तू जा यार काम करा बता ते मनु अपना काम कर ले तेनू मैं कहना एक बारी हाथ छड़ कुड़ी दा ओ मैं जो मर्जी करा तेनू बिच आउण दी लोड़ नहीं ओ खड़ जाओ तेनू मैं देखदा बड़े बदमाश नू करतारे तू ठीक नहीं कर रहा चल माफी मांग कुड़ी नू चंगी चाहना है तो माफी मांग पूरी कर वही जी आप ही यही काम करने लग गए तो अपने से भरोसा कौन करूं ते हूं चक समार ते चल इतों तू डरक लुटेरा तो नहीं लगता केड़िया मजबूरिया ने धक्या तेन इस पास असि मजबूर हाँ माता सानू हथियार चाहिए ने साडे देशों अंग्रेजा कढ़न लई साडे लोगों देसी हुकूमत तो आजाद कराने लई पर साडे ही लोग सानू समझ ही नहीं रहे माता सानू हथियार खरीदने पैसा चाहिए सुलह समझौते ना लोग साथ नहीं दे रहे इसलिए असी डाके मार ली मजबूर हाँ जी सदके खरीद पुत्र हथियार ले जाओ जूल जाना है पर मेरी धी का ब्याह रखा होया है ये जोगा समान छड़ दो बाकी ले जाओ ठीक है माता कट ला जी नहीं लोड़ है ਉਹ ਇਹਨੂੰ ਪੁੱਛਦਾ ਲੈ ਜਾ ਕਿੱਥੇ ਰਹੇ ਆਪਾਂ ਕਿੱਥੇ ਜਾ ਰਹੇ ਹਾਂ
मेरा एक मित्र हुंदा सी, ਉਹ ਪੁਸਰਾ ਸਿਪਾਹੀ ਹੁੰਦਾ ਸੀ। ਜਦੋਂ ਮੈਨੂੰ ਮਿਲਿਆ ਉਹਨੇ ਮੈਨੂੰ ਵਾਅਦਾ ਕੀਤਾ ਸੀ ਕਿ ਜੇ ਕਦੇ ਆਪਾਂ ਨੂੰ ਹਥਿਆਰਾਂ ਦੀ ਲੋੜ ਪਈ ਤਾਂ ਉਹ ਆਪਣੇ ਲਈ ਆਸੇ ਦਾ ਪ੍ਰਬੰਧ ਕਰ ਦੇਵੇਗਾ। ਬਸ ਆਹ ਗੱਲ ਹੈ, ਅਤੇ ਅੱਜ ਮੈਂ ਸੋਚਿਆ ਵੀ ਚੱਲ ਉਹਦੇ ਕੋਲ ਚੱਲਦੇ ਹਾਂ ਅਤੇ ਸ਼ਾਇਦ ਅੱਜ ਆਪਣਾ ਕੰਮ ਬਣ ਵੀ ਜਾਵੇ। ਆਹੀ ਘਰ ਹੈ ਉਹਦਾ? ਹਾਂ ਆਹੀ ਆ। ਘਰ ਤਾਂ ਚੰਗਾ ਲੱਗ ਰਿਹਾ ਉਹਦਾ? ਹਾਂ ਹਾਂ ਘਰ ਤਾਂ ਚੰਗਾ। ਤੁਸੀਂ ਇੱਥੇ ਖੜੋ, ਮੈਂ ਆਇਆ। ਰਜਿੰਦਰ ਹੋਰ ਰਜਿੰਦਰ। ਹਾਂ ਵੀ ਕੌਣ? ਵਾਹ ਵੀ ਜਕਸਿਆ, ਕੀ ਹਾਲ ਆ? ਬੜੇ ਚਿਰਾਂ ਬਾਅਦ ਮਿਲਿਆ। ਹੋਰ ਠੀਕ ਠਾਕ? ਹਾਂ ਹਾਂ ਵਧੀਆ। ਆਈ ਅੰਦਰ ਚੱਲੀਏ। ਰਾਬਿਆ ਪ੍ਰਣਾਮ, ਆ ਜਾਓ। ਹੋਰ ਵੀ ਮੁੰਡੇ ਠੀਕ ਹੋ? ਹਾਂ ਹਾਂ ਠੀਕ ਹੈ। ਕੀ ਲਾਉਂਗੇ, ਲੱਸੀ ਦੁੱਧ ਜਾਂ ਕੁਛ ਹੋਰ? ਸੋਲਿਓ ਕੀ ਲਾਉਂਗੇ, ਚੱਲ ਐਂ ਕਰ ਫਿਰ ਦੁੱਧ ਲੈ। ਇੱਕ ਮਿੰਟ ਮੈਂ ਲੈ ਕੇ ਆਉਣਾ। ਤੈਨੂੰ ਇੱਕ ਗੱਲ ਕਹਾਂ? ਹਾਂ ਦੱਸ। ਮੈਨੂੰ ਇਹ ਬੰਦੇ ਦੀ ਅੱਖ ਠੀਕ ਨਹੀਂ ਲੱਗੀ, ਕਿਤੇ ਆਪਾਂ ਨੂੰ ਫਸਾਈ ਨਾ ਦੇਵੇ। ਨਹੀਂ ਨਹੀਂ ਯਾਰ, ਆਪਣਾ ਪੁਰਾਣਾ ਮਿੱਤਰ ਹੈ, ਇਹੋ ਜਿਹੀ ਕੋਈ ਗੱਲ ਨਹੀਂ। ਜਗਤਿਆ? ਹਾਂ। ਇੱਕ ਮਿੰਟ ਉਰਾ ਆ ਗਿਆ। ਆ ਦੁੱਧ ਚੱਕ ਲਾ। ਇੱਕ ਮਿੰਟ ਗੱਲ ਸੁਣੀ। ਹਾਂ। ਉਹ ਨਾਲ ਕੌਣ ਨੇ ਤੇਰੇ? ਉਹਦਾ ਦੋਸਤ ਨੇ ਆਪਣੇ। ਚੱਲ ਠੀਕ ਆ। ਹਲੋ ਵੀ ਦੁੱਧ ਦੇਖ ਕੇ ਗਰਮਾ। ਜਗਤ ਬੈਠ ਯਾਰਾ। ਤੁਸੀਂ ਨਹੀਂ ਪੀਣਾ ਦੁੱਧ? ਨਹੀਂ ਨਹੀਂ ਹੁਣੇ ਪੀ ਕੇ ਹਟਿਆ। ਹੋਰ ਸੁਣਾਓ ਕੋਈ ਨਵੀਂ ਤਾਜੀ, ਕੀ ਚੱਲਦਾ ਅੱਜ ਕੱਲ੍ਹ? ਉਦੋਂ ਖੜਾ ਕਿਉਂ ਹੈ? ਆ ਬੈਠ ਯਾਰ। ਨਾ ਨਾ ਬੈਠ ਤੂੰ, ਮੈਂ ਤਾਂ ਇੱਧਰ ਬਹਿ ਜਾਂਦਾ। ਬਸ ਵਧੀਆ ਸਾਹਿਬ। ਹੋਰ ਫਿਰ ਕਿੱਥੇ ਰਹਿਣਾ ਅੱਜ ਕੱਲ੍ਹ? ਉਹ ਬਹੁਤ ਹੀ ਹੁੰਦੇ ਆ। ਆਪਣਾ ਮਿੱਤਰ ਹੈ ਇਹ ਪੁਰਾਣਾ। ਹੋਰ ਮੁੰਡੇ ਠੀਕ ਹੋ ਤੁਸੀਂ ਵੀ? ਮੈਂ ਗੱਲ ਨਹੀਂ ਕਰਦਾ ਹੁੰਦਾ ਸੀ ਜੀ ਦੀ। ਇਹ ਵੀ ਤੇਰੇ ਨਾਲ ਕੰਮ ਕਰਦੇ ਨੇ? ਹਾਂ ਬਸ ਕਾਫੀ ਟਾਈਮ ਤੋਂ ਇਕੱਠੇ ਆ ਅਸੀਂ। ਚਲੋ ਵਧੀਆ। ਹੋਰ ਵਧੀਆ ਚੱਲੀ ਜਾਂਦਾ? ਹਾਂ ਐਨ ਵਧੀਆ। ਬਸ ਮਹਾਂ ਜੇ ਚੱਲ ਕੇ ਜੇ ਮਿੱਤਰ ਲਵੇ। ਨਾ ਵਧੀਆ ਹੋਇਆ, ਬਹੁਤ ਵਧੀਆ ਕਰਿਆ ਇਹ। ਹਾਂ ਬਸ ਆਪਣਾ ਵੀ ਵਧੀਆ ਲੰਘੀ ਜਾਂਦਾ ਸਾਨੂੰ। ਕੀ ਹੋ ਗਿਆ ਤੈਨੂੰ? ਉਹ ਕੁਛ ਨੀ ਕੁਛ ਨੀ, ਪੀਓ ਤੁਸੀਂ ਦੁੱਧ। ਪੀਓ ਛੇਤੀ।
ਉਹ ਚੱਲ ਪੁੱਛੇ ਨੂੰ ਪੁੱਛਦਿਆਂ ਪੁੱਛਦਿਆਂ ਉਹ ਚੱਲ ਹੁਣਾ ਰਜਿੰਦਰ ਯਾਦ ਹੈ ਤਾਂ ਇੱਕ ਵਾਰੀ ਵਾਅਦਾ ਕੀਤਾ ਸੀ ਯਾਰ ਕੀ ਕਿਹਾ ਸੀ ਮੈਂ ਵੀ ਯਾਰ ਹਥਿਆਰਾਂ ਹਥੂਰਾਂ ਦੀ ਲੋੜ ਪਈ ਤਾਂ ਮੈਨੂੰ ਪਈ ਨਾ ਨਾ ਯਾਰ ਤੈਨੂੰ ਕੋਈ ਭੁਲੇਖਾ ਲੱਗਿਆ ਨਹੀਂ ਯਾਰ ਯਾਦ ਕਰ ਵੀਰੇ ਨਾ ਨਾ ਯਾਰ ਮੈਂ ਤਾਂ ਨਹੀਂ ਕਿਹਾ ਤੈਨੂੰ ਉਹ ਕੀ ਕਹਿੰਦਾ ਇਹ ਰਜਿੰਦਰਾ ਤੇਰੀ ਚੰਗੀ ਗੱਲ ਨਹੀਂ ਹੈਗੀ ਕੀ ਚੰਗੀ ਗੱਲ ਨਹੀਂ ਹੋਏ ਸਾਹਮਣੇ ਦੇਖ ਹੋਇਆ ਆਹ ਲੈ ਨਾ ਹੋ ਗਿਆ ਕੰਮ ਹੋ ਗਿਆ ਜਿਹਦਾ ਸ਼ੱਕ ਸੀ ਮਾਤਾ ਪਿਤਾ ਤਾਂ ਰੱਬ ਨੂੰ ਪਿਆਰੇ ਹੋ ਗਏ ਤੇ ਮੈਂ ਕਦੇ ਤੈਨੂੰ ਉਹਨਾਂ ਦੀ ਕਮੀ ਮਹਿਸੂਸ ਹੋਣ ਦਿੱਤੀ ਹੈ ਤੈਂ ਭਲਾ ਕਦੇ ਸਾਡੇ ਬਾਰੇ ਸੋਚਿਆ ਮੇਰੇ ਬਾਰੇ ਆਪਣੀ ਛੋਟੀ ਭੈਣ ਬਾਰੇ ਹੁਣ ਬਾਪ ਤਾਂ ਤੇਰਾ ਰਿਹਾ ਨਾ ਤੇ ਤੂੰ ਵੀ ਆਹ ਕਮੀ ਪੈ ਗਿਆ ਹੁਣ ਮੇਰਾ ਭਲਾ ਬੁੱਢੜੇ ਦਾ ਸਹਾਰਾ ਕੌਣ ਹੈ ਇਸ ਗੋਰੀ ਸਰਕਾਰ ਨਾਲ ਮੱਥਾ ਲਾ ਕੇ ਤਾਂ ਸਕੱਟਿਆ ਕੀ ਹੈ ਤੈਨੂੰ ਇਹ ਲੋਕ ਦੇਣਗੇ ਕੀ ਉਹ ਕੁਛ ਨਹੀਂ ਦੇਣਾ ਤੈਨੂੰ ਇਹਨਾਂ ਨੇ ਉਹ ਤੂੰ ਬਿਆਨ ਬਦਲ ਦੇ ਇੱਥੋਂ ਛੁੱਟ ਜਾਏਗਾ ਬਾਕੀ ਤੇਰੀ ਮਰਜ਼ੀ ਹੈ ਦਾਦਾ ਜੀ ਬਘੇਲ ਸਿਉਂ ਦਾ ਕੀ ਹਾਲ ਹੈ ਬਘੇਲ ਸਿਉਂ ਦਾ ਭਾਈ ਪਲੇਗ ਦੀ ਬਿਮਾਰੀ ਨਾਲ ਚੱਲ ਗਿਆ ਸੀ ਤੇ ਹਰਨੇਕ ਸਿਉਂ ਦਾ ਉਹਨੂੰ ਹੈਜਾ ਹੋ ਗਿਆ ਸੀ ਦਿਨਾਂ ਜੀ ਉਹ ਚੱਲ ਗਿਆ ਦਾਦਾ ਜੀ ਮੈਂ ਵੀ ਉਹਨਾਂ ਵਾਂਗੂ ਕਿਸੇ ਬਿਮਾਰੀ ਨਾਲ ਮਰ ਜਾਂਦਾ ਭਲਾ ਮੈਂ ਕਿਹੜੀ ਗਿਣਤੀ ਚ ਆਉਂਦਾ ਤੇ ਹੁਣ ਤਾਂ ਮੈਂ ਦੇਸ਼ ਲਈ ਕੁਝ ਕਰਕੇ ਫਾਹੇ ਟੰਗਿਆ ਜਾਣ ਲੱਗਿਆ ਤਾਂ ਇਹ ਅਫਸੋਸ ਵਾਲੀ ਗੱਲ ਨਹੀਂ ਤੁਹਾਡੇ ਲਈ ਮਾਣ ਵਾਲੀ ਗੱਲ ਹੈ
ਕਰਤਾਰ ਸਿੰਘ ਤੋਂ ਅੰਗਰੇਜ਼ੀ ਹਕੂਮਤ ਨੂੰ ਹਿੰਦੁਸਤਾਨ ਵਿੱਚੋਂ ਕੱਢਣ ਦੀ ਸਾਜ਼ਿਸ਼ ਵਿੱਚ ਹਿੱਸਾ ਲਿਆ ਹੈ ਜਾਂ ਨਹੀਂ? ਮੈਂ ਹਿੱਸਾ ਹੀ ਨਹੀਂ ਲਿਆ। ਤੁਸੀਂ ਮੈਨੂੰ ਇਸ ਸਾਜ਼ਿਸ਼ ਦੀ ਜੜ ਵੀ ਕਹਿ ਸਕਦੇ ਹੋ। ਮੈਂ ਆਪਣੇ ਦੇਸ਼ੋਂ ਅੰਗਰੇਜ਼ਾਂ ਦਾ ਖੁਰਾ ਖੋਜ ਮਿਟਾਉਣ ਲਈ ਸਾਰੀ ਟੰਗ ਤਰੀਕੇ ਵਰਤੇ ਨੇ। ਅਖਬਾਰਾਂ, ਸ਼ਾਸਤਰਾਂ ਅਤੇ ਫੌਜਾਂ ਵਿੱਚ ਪ੍ਰਚਾਰ ਕਰਨਾ ਮੇਰਾ ਮੁੱਖ ਕੰਮ ਰਿਹਾ। ਕਰਤਾਰ ਸਿੰਘ, ਤੈਨੂੰ ਪਤਾ ਹੈ ਤੇਰਾ ਇਹ ਬਿਆਨ ਤੈਨੂੰ ਕਿੱਥੇ ਤੱਕ ਪਹੁੰਚਾ ਦੇਵੇਗਾ? ਉਹ ਮੈਨੂੰ ਆਪਣੀ ਹੋਣੀ ਦਾ ਪਤਾ ਹੈ। ਮੈਨੂੰ ਜਾਂ ਤਾਂ ਦੇਸ਼ ਨਿਕਾਲਾ ਮਿਲੂ ਜਾਂ ਫਾਂਸੀ ਉੱਤੇ ਲਟਕਾ ਦਿੱਤਾ ਜਾਊ। ਇਹ ਤੋਂ ਵੱਧ ਤੁਸੀਂ ਕਰ ਵੀ ਕੀ ਸਕਦੇ ਹੋ? ਤੇਰੀ ਛੋਟੀ ਉਮਰ ਦਾ ਲਿਹਾਜ਼ ਕਰਕੇ ਤੈਨੂੰ ਆਪਣੇ ਬਿਆਨ ਬਦਲਣ ਦਾ ਪੂਰਾ ਮੌਕਾ ਦਿੱਤਾ ਗਿਆ ਸੀ। ਕਰਤਾਰ ਸਿੰਘ, ਤੇਰੇ ਕੋਲ ਹੁਣ ਵੀ ਆਖਰੀ ਮੌਕਾ ਹੈ। ਆਪਣੇ ਬਿਆਨ ਬਦਲ ਦੇਵੇਂਗਾ ਤਾਂ ਤੈਨੂੰ ਛੱਡ ਦਿੱਤਾ ਜਾਵੇਗਾ। ਉਹ ਜੇ ਕੋਈ ਦੂਜਾ ਜਨਮ ਹੁੰਦਾ ਤਾਂ ਮੈਂ ਫਿਰ ਪੈਦਾ ਹੋ ਕੇ ਵੀ ਮਿਹਨਤ ਕਸ ਲੋਕਾਂ ਦੀ ਆਜ਼ਾਦੀ ਲਈ ਲਟੇਰੀ ਹਕੂਮਤ ਨੂੰ ਟੱਕਰ ਦਿਆਂਗਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਖਾਤਿਰ ਵਤਨ ਦੀ ਲੱਗੇ ਹਾਂ ਚੜਨ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਹਿੰਦ ਵਾਸੀਓ ਚਮਕਣਾ ਚੰਦ ਵਾਂਗੂ, ਕਿਤੇ ਬੱਦਲਾਂ ਹੇਠ ਨਾ ਆ ਜਾਣਾ। ਕਰਕੇ ਦੇਸ਼ ਦੇ ਨਾਲ ਤਰੋ ਯਾਰੋ, ਦਾਗ ਕੌਮ ਦੇ ਮੱਥੇ ਨਾ ਲਾ ਜਾਣਾ। ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਜੇਲਾਂ ਹੋਣ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ। ਹੁੰਦੇ ਫੇਲ ਬਹੁਤੇ ਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾ ਜਾਣਾ। ਯਾਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਇਸੇ ਰਸਤੇ ਤੁਸੀਂ ਵੀ ਆ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ। ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ, ਕਿਤੇ ਦਿਲਾਂ ਚੋਂ ਨਾ ਭੁਲਾ ਜਾਣਾ।
ਵਿੱਚ ਗੁਲਾਮੀ ਜਿਉਂਦੇ ਰਹਿਣਾ ਇਹ ਮਰਦਾਂ ਦੀ ਕਾਰ ਨਹੀਂ। ਐਸਾ ਫੇਰ ਤੁਸਾਂ ਨੂੰ ਮੁੜ ਕੇ ਆਉਣਾ ਹੱਥ ਸ਼ਿਕਾਰ ਨਹੀਂ। ਮਰਦ ਗਜ਼ ਦੇ ਵਿੱਚ ਮੈਦਾਨੀ ਡੱਡੂ ਲੰਘਣ ਪਾਰ ਨਹੀਂ। ਜਾਨ ਪਿਆਰੀ ਕਰੋ ਨਾ ਸ਼ੇਰੋ ਇਸਦਾ ਕੁਝ ਇਤਬਾਰ ਨਹੀਂ।